ਅੱਜ ਦੀਆਂ ਤਾਜ਼ਾ ਖਬਰਾਂ ਟੁਡੇ ਲੇਟੈਸਟ ਨਿਊਜ਼ ਚੈਨਲ ਵੇਖ ਰਹੇ ਸਾਰੇ ਪਿਆਰੇ ਸਬਸਕ੍ਰਾਈਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬ 'ਚ ਵਾਹਨਾਂ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ RC ਖਤਮ ਹੋਣ ਦੇ ਬਾਵਜੂਦ ਕਈ ਵਾਹਨ ਸੜਕਾਂ 'ਤੇ ਦੌੜ ਰਹੇ ਹਨ। ਇਹ ਵਾਹਨ BS4 ਜੋ ਕਿ ਬੰਦ ਕੀਤੇ ਜਾ ਚੁੱਕੇ ਹਨ। ਇਹਨਾਂ ਵਾਹਨਾਂ ਦੀ RC ਵੀ ਖਤਮ ਹੋ ਚੁੱਕੀ ਹੈ, ਪਰ ਇਸ ਦੇ ਬਾਵਜੂਦ ਵਾਹਨ ਮਾਲਕ ਸੜਕਾਂ 'ਤੇ ਵਾਹਨ ਚਲਾ ਰਹੇ ਹਨ। ਇਹਨਾਂ ਵਾਹਨਾਂ ਦੇ ਚਲਾਣ ਵੀ ਵਾਹਨ ਮਾਲਕਾਂ ਨੂੰ ਭੇਜੇ ਜਾ ਰਹੇ ਹਨ। ਪੰਜਾਬ ਸਟੇਟ ਟਰਾਂਸਪੋਰਟ ਵਿਭਾਗ ਅਜਿਹੇ ਵਾਹਨਾਂ 'ਤੇ ਸ਼ਿਕੰਜਾ ਕੱਸਣ ਜਾ ਰਿਹਾ। ਜਾਣਕਾਰੀ ਦੇ ਮੁਤਾਬਿਕ ਵੱਖ ਵੱਖ ਪੰਜਾਬ ਦੇ ਜ਼ਿਲ੍ਹਿਆਂ ਦੇ ਕਰੀਬ 1400 ਵਾਹਨ ਹਨ ਜਿਨ੍ਹਾਂ ਦੀ ਰਜਿਸਟ੍ਰੇਸ਼ਨ 2020 ਦੇ ਵਿੱਚ ਖਤਮ ਹੋ ਚੁੱਕੀ ਆ। ਇਹਨਾਂ ਵਾਹਨਾਂ ਦੀ ਇੱਕ ਸੂਚੀ ਜਨਤਕ ਕੀਤੀ ਗਈ ਆ। ਵਿਭਾਗ ਵੱਲੋਂ ਵਾਹਨ ਮਾਲਕਾਂ ਨੂੰ 1 ਮਹੀਨੇ ਦੇ ਅੰਦਰ ਅੰਦਰ ਆਪਣੇ ਜ਼ਿਲ੍ਹੇ ਦੇ RTO ਨੂੰ ਮਿਲਣ ਲਈ ਕਿਹਾ ਗਿਆ, ਤਾਂ ਕਿ ਇਹਨਾਂ ਵਾਹਨਾਂ ਨੂੰ ਸੜਕ 'ਤੇ ਚੱਲਣ ਤੋਂ ਰੋਕਿਆ ਜਾ ਸਕੇ ਜਾਂ ਫਿਰ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ। ਇਹਨਾਂ 'ਚੋਂ ਕੁਝ ਵਾਹਨ ਜੋ ਕਿ ਨਿੱਜੀ ਹਨ। ਪੰਜਾਬ 'ਚ ਅੱਜ ਬੱਸਾਂ ਦਾ ਚੱਕਾ ਜਾਮ। ਪੰਜਾਬ 'ਚ ਅੱਜ ਸਰਕਾਰੀ ਬੱਸਾਂ ਬੰਦ ਰਹਿਣਗੀਆਂ। PRTC ਅਤੇ ਪਨਬੱਸ ਦੇ ਕੱਚੇ ਮੁਲਾਜ਼ਮ ਜੋ ਕਿ ਹੜਤਾਲ 'ਤੇ ਚਲੇ ਗਏ ਹਨ। ਬੱਸਾਂ ਦਾ ਚੱਕਾ ਜਾਮ ਹੋਣ ਕਾਰਨ ਯਾਤਰੀ ਕਾਫ਼ੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਹਨ। ਆਂਧਰਾ ਪ੍ਰਦੇਸ਼ CID ਨੇ TDP ਮੁਖੀ ਚੰਦਰਾਬਾਬੂ ਨਾਇਡੂ ਖਿਲਾਫ਼ ਇੱਕ ਹੋਰ ਪਟੀਸ਼ਨ ਕੀਤੀ ਦਾਇਰ। ਆਂਧਰਾ ਪ੍ਰਦੇਸ਼ CID ਨੇ TDP ਮੁਖੀ ਨਾਇਡੂ ਖਿਲਾਫ਼ ਇੱਕ ਹੋਰ ਪਟੀਸ਼ਨ ਦਾਖਲ ਕੀਤੀ ਹੈ। ਵਿਜੇਵਾੜਾ ਦੀ ਅਦਾਲਤ ਵਿੱਚ ਇੱਕ ਫਾਈਬਰ ਨੈੱਟ ਵਿੱਚ ਘੁਟਾਲਾ ਹੋਇਆ। SB ਨੂੰ ਅਦਾਲਤ ਨੇ ਸੁਣਵਾਈ ਲਈ ਵੀ ਸਵੀਕਾਰ ਕਰ ਲਿਆ। ਪੁਰਾਣਾ ਸੰਸਦ ਭਵਨ ਹੁਣ ਸੰਵਿਧਾਨ ਭਵਨ ਵਜੋਂ ਜਾਣਿਆ ਜਾਵੇਗਾ। ਲੋਕ ਸਭਾ ਦੇ ਸਪੀਕਰ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਪੁਰਾਣਾ ਸੰਸਦ ਭਵਨ ਹੁਣ ਸੰਵਿਧਾਨ ਭਵਨ ਵਜੋਂ ਜਾਣਿਆ ਜਾਵੇਗਾ। ਹੁਣ ਤੱਕ 270 ਖਿਡਾਰੀਆਂ ਨੂੰ 8,15,00,000 ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਅਨੁਰਾਗ ਠਾਕੁਰ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪੰਡਿਤ ਦੀਨ ਦਿਆਲ ਉਪਧਿਆਏ ਨੈਸ਼ਨਲ ਫੰਡ ਫਾਰ ਸਪੋਰਟਸ ਪਰਸਨ ਖਿਡਾਰੀਆਂ ਦੀ ਮਦਦ ਲਈ ਸਥਾਪਿਤ ਕੀਤਾ ਗਿਆ। ਹੁਣ ਤੱਕ ਟੋਟਲ 270 ਖਿਡਾਰੀਆਂ ਨੂੰ 8,15,00,000 ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਏਸ਼ੀਆ ਖੇਡਾਂ ਜੋ ਸ਼ੁਰੂ ਹੋਣ ਜਾ ਰਹੀਆਂ ਹਨ, ਹਰ ਕਿਸੇ ਦੀ ਕੋਸ਼ਿਸ਼ ਹੈ ਕਿ ਭਾਰਤ ਵਿੱਚ ਸਭ ਤੋਂ ਵੱਧ ਤਗਮੇ ਜਿੱਤੇ ਜਾਣ। ਸ੍ਰੀ ਮੁਕਤਸਰ ਸਾਹਿਬ ਬੱਸ ਹਾਦਸੇ ਦੀ ਮ੍ਰਿਤਕਾਂ ਦੀ ਪਹਿਚਾਣ ਹੋਈ। ਸ੍ਰੀ ਮੁਕਤਸਰ ਸਾਹਿਬ ਨੇੜੇ ਸਰਹੰਦ ਨਹਿਰ ਵਿੱਚ ਡਿੱਗੀ ਬੱਸ ਕਾਰਨ ਹਾਦਸੇ ਦੇ ਸ਼ਿਕਾਰ ਮ੍ਰਿਤਕਾਂ ਦੀ ਪਹਿਚਾਣ ਹੋ ਗਈ ਆ, ਜਿਨ੍ਹਾਂ ਵਿੱਚ ਪਰਵਿੰਦਰ ਕੌਰ ਪਤਨੀ ਮੰਦਰ ਸਿੰਘ ਵਾਸੀ ਬਠਿੰਡਾ, ਪ੍ਰੀਤੋ ਕੌਰ ਪਤਨੀ ਅਜੀਤ ਸਿੰਘ ਅਤੇ ਜ਼ਿਲ੍ਹਾ ਫਰੀਦਕੋਟ ਅਮਨਦੀਪ ਕੌਰ ਜਗਰੂਪ ਸਿੰਘ ਪਿੰਡ ਨਵਾਂ ਜ਼ਿਲ੍ਹਾ ਗੁਰਦਾਸ ਫਰੀਦਕੋਟ ਵਜੋਂ ਜਾਣੀ ਗਈ ਹੈ। ਐਲਾਨ ਮਾਸਕ ਪਾਉਣਗੇ ਆਮ ਜਨਤਾ 'ਤੇ ਬੋਝ, ਹਰ ਯੂਜ਼ਰ ਨੂੰ ਚੁਕਾਉਣੇ ਪੈ ਸਕਦੇ ਹਨ ਪੈਸੇ। ਐਲਾਨ ਮਾਸਕ ਨੇ ਐਕਸ ਟਵਿੱਟਰ ਵਿੱਚ ਇੱਕ ਬਦਲਾਅ ਦੀ ਗੱਲ ਕੀਤੀ ਹੈ ਜੋ ਉਪਭੋਗਤਾਵਾਂ ਨੂੰ ਹੈਰਾਨ ਕਰ ਸਕਦੀ ਹੈ। ਐਲਾਨ ਮਾਸਕ ਨੇ ਸੰਕੇਤ ਦਿੱਤਾ ਹੈ ਕਿ ਜਲਦੀ ਹੀ ਐਕਸ ਪਲੇਟਫਾਰਮ ਨੂੰ ਪੂਰੀ ਤਰ੍ਹਾਂ ਨਾਲ ਅਦਾਇਗੀ ਸੇਵਾਵਾਂ ਵਿੱਚ ਬਦਲ ਦਿੱਤਾ ਜਾਵੇਗਾ। ਹਰ ਉਪਭੋਗਤਾ ਨੂੰ ਇਸ ਦੀ ਵਰਤੋਂ ਲਈ ਭੁਗਤਾਨ ਕਰਨਾ ਪਵੇਗਾ। ਮੰਨਿਆ ਜਾ ਰਿਹਾ ਹੈ ਕਿ ਐਲਾਨ ਮਾਸਕ ਦੇ ਇਸ ਕਦਮ ਦਾ ਕਾਰਨ ਫਰਜ਼ੀ ਖਾਤਿਆਂ ਦੀ ਸਮੱਸਿਆ ਨਾਲ ਨਜਿੱਠਣਾ ਹੈ। ਇਹਨਾਂ ਖਾਤਿਆਂ ਨੂੰ ਬੋਟ ਵੀ ਕੀਤਾ ਜਾਵੇਗਾ। ਭਾਰਤ ਪਾਕਿਸਤਾਨ ਸਰਹੱਦ ਤੋਂ BSF ਨੇ ਇੱਕ ਪਾਕਿਸਤਾਨੀ ਨੂੰ ਕੀਤਾ ਗ੍ਰਿਫਤਾਰ। ਭਾਰਤ ਪਾਕਿਸਤਾਨ ਸਰਹੱਦ ਤੋਂ BSF ਵੱਲੋਂ ਇੱਕ ਪਾਕਿਸਤਾਨੀ ਨੂੰ ਗ੍ਰਿਫਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦੀ ਪਛਾਣ ਇਮਰਾਨ ਪੁੱਤਰ ਰਹਿਮਾਨ ਵਜੋਂ ਪਾਕਿਸਤਾਨ ਵਜੋਂ ਕੀਤੀ ਗਈ ਹੈ। ਉਸ ਕੋਲ 590 ਰੁਪਏ ਪਾਕਿਸਤਾਨੀ ਕਰੰਸੀ ਵੀ ਬਰਾਮਦ ਹੋਈ ਹੈ। ਸਿੱਖਿਆ ਬੋਰਡ ਵੱਲੋਂ ਸਰਟੀਫਿਕੇਟਾਂ ਦੀਆਂ ਡਿਜੀਟਲ ਕਾਪੀਆਂ ਦੇ ਨਾਲ ਨਾਲ ਹਾਰਡ ਕਾਪੀਆਂ ਵੀ ਲਾਜ਼ਮੀ ਤੌਰ 'ਤੇ ਜਾਰੀ ਕਰਨ ਦਾ ਫੈਸਲਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਵੱਲੋਂ 2024 ਤੋਂ ਪ੍ਰੀਖਿਆਵਾਂ ਨੂੰ ਜਾਰੀ ਕੀਤੇ ਜਾਂਦੇ ਸਰਟੀਫਿਕੇਟਾਂ ਦੀ ਡਿਜੀਟਲ ਕਾਪੀਆਂ ਦੇ ਨਾਲ ਨਾਲ ਹਾਰਡ ਕਾਪੀਆਂ ਵੀ ਲਾਜ਼ਮੀ ਤੌਰ 'ਤੇ ਜਾਰੀ ਕਰਨ ਦਾ ਫੈਸਲਾ ਜਿਹੜਾ ਕੀਤਾ ਗਿਆ, ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਸਰਟੀਫਿਕੇਟਾਂ ਦੀ ਵਰਤੋਂ ਕਰਨ ਸਮੇਂ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਧੰਨਵਾਦ।